ਗੀਤਾ ਦੀ ਮਸ਼ੀਨ ਕਰਨ ਔਜਲਾ ਦੇ ਨਾਮ ਇੱਕ ਨਵਾਂ ਰਿਕਾਰਡ। ਜੀ ਹਾਂ, ਕਿਹਾ ਜਾ ਰਿਹਾ ਹੈ ਕਿ ਮਿਊਜ਼ਿਕ ਐਪ ਸਪੋਟੀਫਾਈ ਉੱਤੇ ਸਭ ਤੋਂ ਵੱਧ ਸਟ੍ਰੀਮਡ ਹੋਣ ਵਾਲੇ ਆਰਟਿਸਟ ਬਣ ਗਏ ਨੇ ਕਰਨ ਔਜਲਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਰਨ ਔਜਲਾ ਸਪੋਟੀਫਾਈ ਉੱਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਨੇ। ਇਹ ਇੱਕ ਉਹਨਾਂ ਦੀ ਨਵੀਂ ਅਚੀਵਮੈਂਟ ਹੈ। ਕਰਨ ਔਜਲਾ ਨੇ ਕਾਫੀ ਮਿਹਨਤ ਦੇ ਨਾਲ ਆਪਣਾ ਇਹ ਮੁਕਾਮ ਹਾਸਿਲ ਕੀਤਾ ਹੈ ਤੇ ਹਮੇਸ਼ਾ ਹੀ ਆਪਣੇ ਗਾਣਿਆਂ ਦੁਆਰਾ ਨਵਾਂ ਟ੍ਰੈਂਡ ਸੈੱਟ ਕੀਤਾ ਹੈ। ਅੱਜ ਦੀ ਡੇਟ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਬਣ ਚੁੱਕੇ ਨੇ ਕਰਨ ਔਜਲਾ। ਉਹਨਾਂ ਦੇ ਗੀਤਾਂ ਦੀ ਡਿਮਾਂਡ ਹੁਣ ਬਾਲੀਵੁੱਡ ਦੇ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ, ਜਿੱਥੇ ਕਿ ਰੀਸੈਂਟਲੀ ਰਿਲੀਜ਼ ਹੋਈ ਫਿਲਮ ਬੈਡ ਨਿਊਜ਼ ਦੇ ਵਿੱਚ ਕਰਨ ਔਜਲਾ ਦਾ ਇੱਕ ਗਾਣਾ ਦਿੱਤਾ ਗਿਆ ਜੋ ਕਿ ਸੁਪਰ ਡੁਪਰ ਹਿੱਟ ਬਣ ਗਿਆ। ਉਸ ਗਾਣੇ ਨੇ ਵਿੱਕੀ ਕੌਸ਼ਲ ਦੇ ਡਾਂਸ ਦੀ ਪਹਿਚਾਣ ਵੀ ਲੋਕਾਂ ਦੇ ਵਿੱਚ ਬਣਾਈ, ਕਿਉਂਕਿ ਵਿੱਕੀ ਕੌਸ਼ਲ ਨੇ ਜਿਸ ਤਰੀਕੇ ਦਾ ਡਾਂਸ ਉਸ ਗਾਣੇ ਦੇ ਵਿੱਚ ਕੀਤਾ ਉਹ ਲੋਕਾਂ ਨੂੰ ਬੇਹੱਦ ਪਸੰਦ ਆਇਆ ਤੇ ਗਾਣਾ ਸਭ ਤੋਂ ਵੱਧ ਟ੍ਰੈਂਡ ਕੀਤਾ ਜਾਣ ਲੱਗ ਪਿਆ ਸੋਸ਼ਲ ਮੀਡੀਆ ਉੱਤੇ ਤੇ ਬਹੁਤ ਸਾਰੀਆਂ ਰੀਲਸ ਉਹਨਾਂ ਗਾਣਿਆਂ ਉੱਤੇ ਬਣੀਆਂ। ਇਹੀ ਕਾਰਨ ਹੈ ਕਿ ਸਪੋਟੀਫਾਈ ਉੱਤੇ ਵੀ ਤੋਬਾ ਤੋਬਾ ਗੀਤ ਟ੍ਰੈਂਡ ਕੀਤਾ। ਸਿਰਫ ਇਹੀ ਨਹੀਂ, ਕਰਨ ਔਜਲਾ ਦੇ ਜਿੰਨੇ ਵੀ ਗਾਣੇ ਰਿਲੀਜ਼ ਹੁੰਦੇ ਨੇ ਉਹ ਸਪੋਟੀਫਾਈ ਉੱਤੇ ਬਹੁਤ ਜ਼ਿਆਦਾ ਸੁਣੇ ਜਾਂਦੇ ਨੇ। ਸਪੋਟੀਫਾਈ ਇੱਕ ਮਿਊਜ਼ਿਕ ਐਪ ਹੈ ਜਿੱਥੇ ਕਿ ਸਾਰੇ ਸਿੰਗਰਸ ਦੇ ਗਾਣੇ ਨੇ ਤੇ ਲੋਕ ਉੱਥੇ ਜਾ ਕੇ ਸਬਸਕ੍ਰਿਪਸ਼ਨ ਲੈ ਕੇ ਗਾਣਿਆਂ ਨੂੰ ਸੁਣਦੇ ਨੇ, ਪਰ ਉਹਨਾਂ ਦੀ ਪਸੰਦ ਜ਼ਿਆਦਾਤਰ ਗੀਤਾਂ ਦੀ ਮਸ਼ੀਨ ਕਰਨ ਔਜਲਾ ਹੁੰਦੇ ਨੇ। ਕਰਨ ਔਜਲਾ ਦੇ ਗੀਤ ਸਪੋਟੀਫਾਈ ਉੱਤੇ ਜ਼ਿਆਦਾ ਸੁਣੇ ਜਾਂਦੇ ਨੇ, ਇਸੇ ਕਰਕੇ ਉਸ ਐਪ ਉੱਤੇ ਸਭ ਤੋਂ ਵੱਧ ਸਟ੍ਰੀਮਡ ਹੋਣ ਵਾਲੇ ਪੰਜਾਬੀ ਕਲਾਕਾਰ ਨੇ ਕਰਨ ਔਜਲਾ। ਕਰਨ ਔਜਲਾ ਆਏ ਦਿਨ ਆਪਣੇ ਗੀਤਾਂ ਵੱਲ ਕੰਸਨਟ੍ਰੇਟ ਕਰਦੇ ਰਹਿੰਦੇ ਨੇ, ਜਿੱਥੇ ਕਿ ਉਹਨਾਂ ਨੇ ਬਹੁਤ ਸਾਰੇ ਗੀਤ ਰਿਲੀਜ਼ ਕਰ ਦਿੱਤੇ ਨੇ। ਸਿਰਫ ਇੰਨਾ ਹੀ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਕਰਨ ਔਜਲਾ ਆਪਣਾ ਇੱਕ ਟੂਰ ਵੀ ਲੈ ਕੇ ਆਉਣਗੇ ਜੋ ਕਿ ਇੰਡੀਆ ਦੇ ਵਿੱਚ ਹੋਏਗਾ। ਇਹ ਟੂਰ ਦਸੰਬਰ ਮਹੀਨੇ ਹੋਣ ਜਾ ਰਿਹਾ, ਜਿਸ ਦੀ ਐਡਵਾਂਸ ਟਿਕਟਾਂ ਦੀ ਬੁਕਿੰਗ 31 ਜੁਲਾਈ ਤੇ 2 ਅਗਸਤ ਨੂੰ ਹੋਏਗੀ ਤੇ ਫੈਨਸ ਉਡੀਕ ਕਰ ਰਹੇ ਨੇ ਕਿ ਜਦ ਕਰਨ ਔਜਲਾ ਦੇ ਲਾਈਵ ਟੂਰ ਦੀਆਂ ਟਿਕਟਾਂ ਦੀ ਬੁਕਿੰਗ ਹੋਏਗੀ ਉਹ ਨਾਲੋ ਨਾਲ ਹੀ ਟਿਕਟਾਂ ਬੁੱਕ ਕਰ ਲੈਣਗੇ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।